ਲੋਕ ਸਭਾ ਹਲਕਾ ਸੰਗਰੂਰ ਦੇ ਜ਼ਿਲ੍ਹੇ ਬਰਨਾਲਾ ਦੇ ਵਿੱਚ ਤੂੜੀ ਦੀ ਨਾੜ ਨੂੰ ਲੱਗੀ ਅੱਗ ਉਸ ਵੇਲੇ ਭਿਆਨਕ ਰੂਪ ਧਾਰ ਗਈ ਜਦੋਂ ਉਸਨੇ ਬਰਨਾਲਾ ਜ਼ਿਲ੍ਹੇ ਦੇ ਕਰੀਬ 25 ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਅੱਗ ਨੇ ਉਸ ਵੇਲੇ ਭਿਆਨਕ ਰੂਪ ਧਾਰ ਲਿਆ ਜਦੋਂ ਅੱਗ ਦੀ ਲਪੇਟ ਦੇ ਵਿੱਚ ਕਰੀਬ 30-35 ਦੇ ਕਰੀਬ ਬੇਜ਼ੁਬਾਨ ਜਾਨਵਰ ਉਸਦੀ ਲਪੇਟ ਦੇ ਵਿੱਚ ਆ ਗਏ ਅਤੇ ਅੱਗ ਦੇ ਵਿੱਚ ਸੜ ਗਏ। ਤੂੜੀ ਦੀ ਨਾੜ ਨੂੰ ਲੱਗੀ ਇਹ ਅੱਗ ਭਿਆਨਕ ਰੂਪ ਧਾਰਨ ਕਰ ਗਈ ਜਿਸ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਅਤੇ ਕਈ ਬੇਜ਼ੁਬਾਨ ਜਾਨਵਰ ਸੜ ਕੇ ਸਵਾਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਆ ਕੇ ਅੱਗ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਇਸ ਮੌਕੇ ਅੱਗ ਬੁਝਾਉਣ ਦੀ ਕਾਫੀ ਮੁਸ਼ੱਕਤ ਕੀਤੀ ਅਤੇ DC ਬਰਨਾਲਾ ਦੇ ਨਾਲ ਗੱਲਬਾਤ ਕੀਤੀ। ਅੱਗ ਲੱਗਣ ਦੇ ਨਾਲ ਜਿੱਥੇ ਕਈ ਬੇਜ਼ੁਬਾਨ ਪਸ਼ੂ ਮਰ ਗਏ ਉੱਥੇ ਜਿਹੜੇ ਪਸ਼ੂ ਬਚ ਵੀ ਗਏ ਹਨ ਉਹ ਵੀ ਤਕਰੀਬਨ ਕਾਫੀ ਹੱਦ ਤੱਕ ਝੁਲਸ ਗਏ ਹਨ ਅਤੇ ਉਹਨਾਂ ਦੇ ਬਚਣ ਦੀ ਉਮੀਦ ਘੱਟ ਹੀ ਲੱਗ ਰਹੀ ਹੈ। ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਕੈਂਡੀਡੇਟ MP ਭਗਵੰਤ ਮਾਨ ਨੇ ਕਿਹਾ ਕਿ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਬੇਜ਼ੁਬਾਨ ਜਾਨਵਰਾਂ ਦੀ ਮੌਤ ਦਾ ਮੈਨੂੰ ਬਹੁਤ ਅਫਸੋਸ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਅਸੀਂ ਅੱਜ ਬਰਨਾਲੇ ਦੇ ਵਿੱਚ ਸੀਗੇ ਰੋਡ ਸ਼ੋਅ 'ਤੇ। ਅਚਾਨਕ 9:30 ਸਾਨੂੰ ਪਤਾ ਲੱਗਿਆ ਕਿ ਬਰਨਾਲੇ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਅੱਗ ਫੈਲ ਗਈ। ਲਗਭਗ 30-35 ਪਿੰਡਾਂ ਦੇ ਵਿੱਚ ਇਕੱਠੀ ਅੱਗ ਲੱਗ ਗਈ। ਹਨੇਰੀ ਆਈ ਸੀਗੀ, ਉਹਨੇ ਅੱਗ ਫੈਲਾਤੀ ਅਤੇ ਉਹ ਅੱਗ ਹੁਣ ਘਰਾਂ ਤੱਕ ਪਹੁੰਚਦੀ ਜਾਂਦੀ ਹੈ। ਲੋਕਾਂ ਦਾ ਜਿਹੜਾ ਹਜੇ ਤੱਕ ਤਾਂ ਜਾਨੀ ਨੁਕਸਾਨ ਦਾ ਕੋਈ ਨਹੀਂ ਆਈ ਇਨਫੋਰਮੇਸ਼ਨ, ਚਲੋ ਪਰਮਾਤਮਾ ਸੁੱਖ ਰੱਖੇ। ਅਤੇ ਬੱਕਰੀਆਂ ਵਗੈਰਾ ਜਾਂ ਪੋਲਟਰੀ ਫਾਰਮ ਵਗੈਰਾ ਜਾਂ ਸ਼ੈਲਰ ਵਗੈਰਾ ਉਹਨਾਂ ਦੇ ਨੁਕਸਾਨ ਦੀ ਖਬਰ ਆਈ ਹੈ। ਮੈਂ DC ਬਰਨਾਲਾ ਨਾਲ ਵੀ ਗੱਲ ਕੀਤੀ ਹੈ, DC ਬਰਨਾਲਾ ਨਾਲ ਅਤੇ DC ਸੰਗਰੂਰ ਨਾਲ ਵੀ ਗੱਲ ਕੀਤੀ ਹੈ ਕਿ ਜਿੰਨੇ ਵੀ ਮਲੇਰਕੋਟਲੇ, ਧੂਰੀ, ਸੁਨਾਮ ਦੀਆਂ ਜਿਹੜੀਆਂ ਹੈਗੀਆਂ ਨੇ ਫਾਇਰ ਬ੍ਰਿਗੇਡਸ, ਉਹ ਪਲੀਜ਼ ਉੱਥੇ ਭੇਜ ਦਿਉ। ਕਿਉਂਕਿ ਇੱਧਰ ਕਰਮਗੜ੍ਹ ਵਗੈਰਾ ਜੰਗੀਆਣੇ ਤੋਂ ਲੈ ਕੇ ਇਹ ਰਾਏਸਰ ਸੰਘੇੜੇ ਵਾਲੇ ਪਾਸੇ ਹੁਣ ਉਹ ਅੱਗ ਸ਼ਹਿਰਾਂ ਵੱਲ ਨੂੰ ਜਾ ਰਹੀ ਹੈ। ਕਿਉਂਕਿ ਅੱਜ ਹਨੇਰੀ ਆਈ ਸੀਗੀ ਤਾਂ ਅਸੀਂ ਰੋਡ ਸ਼ੋਅ ਆਪਦਾ ਉੱਥੇ ਖਤਮ ਕਰਕੇ, ਕਿਉਂਕਿ ਉਹ ਵੋਟਾਂ ਦਾ ਰਾਜਨੀਤੀ ਬਾਅਦ ਦੀ ਗੱਲ ਹੈ ਜੀ, ਪਹਿਲਾਂ ਕੋਈ ਜਾਨੀ ਨੁਕਸਾਨ ਨਾ ਹੋਵੇ ਅਤੇ ਉਹਦੇ ਲਈ ਅਸੀਂ ਹੈਲਪ ਕਰ ਰਹੇ ਹਾਂ। ਚੰਨਣ ਵਾਲ ਵਾਲੇ ਮੁੰਡਿਆਂ ਦਾ ਫੋਨ ਆਇਆ ਸੀਗਾ ਕਿ ਉਹ ਆਪਣੀ ਟੈਂਕੀ ਲੈ ਕੇ ਕਈ ਘਰਾਂ ਦੀ ਅੱਗ ਬੁਝਾ ਚੁੱਕੇ ਨੇ, ਘਰਾਂ 'ਚ ਅੱਗ ਪਹੁੰਚ ਗਈ, ਜੋ ਦੁੱਖ ਦੀ ਗੱਲ ਹੈ। ਕਿ ਤੁਸੀਂ ਵੀ ਜੇ ਹੈਲਪ ਕਰ ਸਕਦੇ ਹੋ ਬਠਿੰਡੇ ਦੇ ਬਰਨਾਲੇ ਦੇ ਏਰੀਏ ਦੇ ਆਲੇ ਦੁਆਲੇ ਹੋ, ਤਾਂ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ, ਮੈਂ DC ਬਠਿੰਡਾ ਨਾਲ ਵੀ ਗੱਲ ਕੀਤੀ, DC ਸਾਹਿਬ ਦਾ ਫੋਨ ਆਇਆ। ਹੈਲੋ, ਹਾਂਜੀ ਸਰ, ਹਾਂਜੀ ਸਾਰੀਆਂ ਭੇਜ ਦਿਉ ਨਾ, ਮਲੇਰਕੋਟਲਾ ਵੀ ਭੇਜ ਦਿਉ, ਧੂਰੀ ਵਾਲੀ ਵੀ ਭੇਜ ਦਿਉ, ਕਿਉਂਕਿ ਉੱਧਰ ਬਰਨਾਲੇ ਵੱਲ ਅੱਗ ਲੱਗੀ ਹੈ ਸਰ, ਰਾਏਸਰ ਵਗੈਰਾ, ਠੀਕਰੀ ਵਾਲਾ ਪਾਸਾ, ਸੰਘੇੜਾ, ਸੁਨਾਮ ਤੋਂ ਵੀ ਮੈਂ ਕਹਿਤਾ, ਮੈਂ ਅਮਨ ਅਰੋੜਾ ਨੂੰ ਕਹਿਤਾ ਜੀ, ਸੁਨਾਮ ਵਾਲੀਆਂ ਵੀ ਚੱਲ ਪਈਆਂ ਜੀ। ਬਿਲਕੁਲ ਸਰ, ਉਹ ਤਾਂ ਇੱਦਾਂ ਲੱਗਦਾ ਜੀ ਜਿਵੇਂ ਦਿਨ ਚੜਿਆ ਹੋਵੇ, ਅੱਗ ਬਹੁਤ ਤਾਹਾਂ ਤੱਕ ਪਹੁੰਚੀ ਹੋਈ ਹੈ। ਹੁਣ ਇਹ ਹੈ ਨਾ ਜੀ ਕਿ ਹਾਂਜੀ ਨਹੀਂ, ਮੇਰੀ SSP ਬਠਿੰਡਾ ਨਾਲ ਗੱਲ ਹੋ ਗਈ, ਉਹ ਵੀ ਭੇਜ ਰਹੇ ਰਾਮਪੁਰ ਪੁਲ ਤੋਂ ਟੱਲੇਵਾਲ ਵਾਲ ਪਾਸਾ, ਅਤੇ SSP ਮੋਗਾ ਨਾਲ ਵੀ ਮੇਰੀ ਗੱਲ ਹੋ ਗਈ ਸਰ ਜੀ, ਪਲੀਜ਼। ਹਾਂਜੀ ਹਾਂਜੀ, ਜੇ ਮੇਰੀ ਕੋਈ ਹੋਰ ਇਨਫੋਰਮੇਸ਼ਨ ਲਈ ਮੈਨੂੰ ਦੱਸ ਦਿਓ ਸਰ।
ਅਸੀਂ ਸਾਰੇ ਆਪਣੇ ਬੰਦਿਆਂ ਨੂੰ ਵੀ ਕਹਿਣ ਲੱਗੇ, ਮੈਂ ਫੇਸਬੁੱਕ 'ਤੇ ਲਾਈਵ ਵੀ ਮੈਸੇਜ ਦੇ ਰਿਹਾ ਸਰ। ਹਾਂਜੀ ਜੀ ਸਰ, ਜੀ ਸਰ, ਥੈਂਕ ਯੂ ਸਰ। ਜੈ ਹਿੰਦ ਸਰ, ਜੈ ਹਿੰਦ। ਵੀਰੋ ਬਹੁਤ ਸਾਰੇ ਇਕੱਠੇ ਪਿੰਡ ਨੇ ਜੰਗੀਆਂ ਨੇ ਤੋਂ ਇਹ ਲੈ ਕੇ ਕਰਮਗੜ੍ਹ ਵਗੈਰਾ, ਅਤੇ ਸਾਰੇ ਪਿੰਡਾਂ 'ਚ ਬਹੁਤ ਵੱਡੀ ਅੱਗ ਲੱਗ ਗਈ। ਅਤੇ ਇਹ ਨਾ ਹੋਵੇ ਕਿ ਪਿੰਡ ਘਿਰ ਜਾਣ ਆਲੇ ਦੁਆਲੇ ਅੱਗ 'ਚ ਅਤੇ ਲੋਕ ਜਾਨੀ ਨੁਕਸਾਨ ਹੋਵੇ। ਹਜੇ ਤੱਕ ਜਾਨੀ ਨੁਕਸਾਨ ਦੀ ਖਬਰ ਨਹੀਂ ਹੈਗੀ, ਕੁਛ ਬੱਕਰੀਆਂ ਵਗੈਰਾ ਅਤੇ ਸ਼ੈਲਰਾਂ ਵਗੈਰਾ ਦੇ ਨੁਕਸਾਨ ਦੀ ਅਤੇ ਮੁਰਗੀਖਾਨਿਆਂ ਦੀ ਹੈਗੀ ਆ। ਸੋ ਜੇ ਤੁਸੀਂ ਆਲੇ ਦੁਆਲੇ ਹੈਗੇ ਹੋ ਬਰਨਾਲੇ ਦੇ ਕਿਤੇ ਜਿੱਥੇ ਤੁਹਾਡੇ ਅੱਗ ਨਹੀਂ ਲੱਗੀ, ਤਾਂ ਕਿਰਪਾ ਕਰਕੇ ਲੋਕਾਂ ਦੀ ਹੈਲਪ ਕਰੋ, ਟਰੈਕਟਰ ਲੈ ਕੇ ਜਾਓ ਅਤੇ ਕੋਈ ਵਾਹ ਵੂ ਕੇ ਉਹ ਅੱਗ ਨੂੰ ਰੋਕੋ, ਤਾਂ ਕਿ ਵੋਟਾਂ ਵੋਟਾਂ ਬਾਅਦ ਦੀ ਗੱਲ ਹੈ ਜੀ, ਪਹਿਲਾਂ ਆਪਾਂ ਇਹ ਹੈਲਪ ਕਰੀਏ। ਅਤੇ ਮੈਂ ਵੀ ਉੱਥੇ ਹੀ ਖੜ੍ਹਾ ਹਾਂ ਜੀ, ਅਤੇ ਅਸੀਂ ਸ਼ੋਅ ਰੋਡ ਸ਼ੋਅ ਆਪਦਾ ਖਤਮ ਕਰਕੇ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਹਾਂ। ਅਤੇ ਸੁਨਾਮ ਦੇ ਵੀ ਕੁਛ ਏਰੀਆ 'ਚ ਅੱਗ ਲੱਗੀ ਹੈ, ਮੈਨੂੰ DC ਸਰੂ ਨੇ ਦੱਸਿਆ, ਤਾਂ ਉੱਥੇ ਵੀ ਫਾਇਰ ਬ੍ਰਿਗੇਡ ਕਰੀ ਹੈ। ਅਸੀਂ ਆਪਣੇ ਵਾਲੀਆਂ ਸਾਰੀਆਂ ਫਾਇਰ ਬ੍ਰਿਗੇਡਸ, ਰਾਮਪੁਰਾ ਫੂਰ ਵਾਲੀਆਂ, ਬਠਿੰਡੇ ਵਾਲਿਆਂ ਨੂੰ ਕਹਿਤਾ, ਮੋਗੇ ਵਾਲਿਆਂ ਨੂੰ ਕਹਿਤਾ, ਫਰੀਦਕੋਟ ਵਾਲਿਆਂ ਨੂੰ ਕਹਿਤਾ, ਅਤੇ ਉਹਨੂੰ ਅੱਗ ਨੂੰ ਬੁਝਾਵਾਂਗੇ। ਅਤੇ ਮੈਂ ਹਿੰਮਤ ਰੱਖਣ ਦੀ ਅਤੇ ਹੌਸਲਾ ਰੱਖਣ ਦੀ ਵੀ ਬੇਨਤੀ ਕਰਦਾ। ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ।